ਹਾਂਜੀ ਗਾਇਸ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ, ਮੇਰਾ ਚੈਨਲ ਗੁਰਸਿੱਧੂ ਪੀ ਜੀ 'ਤੇ ਹੀ। ਆਪਾਂ ਆਏ ਹਾਂ ਸੰਗਤਪੁਰਾ ਸੂਡੀਆਂ ਪਿੰਡ ਦੇ, ਇਹ ਅੰਦਰ ਦੇਖੋ ਇਹ ਪਿੰਡ ਦੀਆਂ ਗਲੀਆਂ ਦਿਖਾਉਣਾ ਤੁਹਾਨੂੰ। ਬਹੁਤ ਪੁਰਾਣਾ ਪਿੰਡ ਹੈ, ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀਡੀਓ 'ਚ ਦੱਸਿਆ ਸੀਗਾ ਇਹ ਪਿੰਡ ਬਹੁਤ ਪੁਰਾਣਾ ਪਿੰਡ ਹੈ, ਕਿਉਂਕਿ ਇਹ ਪਿੰਡ ਨਹੀਂ ਸੀ ਪਹਿਲਾਂ, ਇਹ ਸ਼ਹਿਰ ਸੀਗਾ। ਆ ਕੇ ਅੱਗੇ ਬਾਜ਼ਾਰ ਆ ਜਾਂਦਾ, ਅਤੇ ਆਹ ਦੇਖੋ ਗਲੀਆਂ ਦਿਖਾਉਣਾ ਤੁਹਾਨੂੰ ਮੈਂ। ਇਹ ਪਿੰਡ ਦਾ ਬਾਜ਼ਾਰ ਵੀ ਹੈ, ਮੈਂ ਇੱਥੇ ਆ ਜਿਹੜਾ ਚਵਾਰਾ ਜਿਹਾ, ਇੱਥੇ ਮੈਂ ਟਿਊਸ਼ਨ ਪੜ੍ਹਦਾ ਰਿਹਾ 5ਵੀਂ 6ਵੀਂ 'ਚ, 6ਵੀਂ 7ਵੀਂ 'ਚ, ਆਹ ਚਵਾਰੇ 'ਚ ਬਹੁਤ ਟਿਊਸ਼ਨ ਪੜ੍ਹਿਆ ਹੁੰਦਾ ਹੈ। ਇੱਥੇ ਨੂੰ ਜਾ ਕੇ ਅਸੀਂ ਇੱਥੇ ਟਿਊਸ਼ਨ ਪੜ੍ਹਦੇ ਰਹੇ ਹਾਂ ਬਹੁਤ। ਇਹ ਖਵਾਜਾ ਹੈ ਪੁਰਾਣਾ ਤਾਂ। ਅੱਛਾ 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 ਅੱਛਾ, ਹੋਰ ਕੀ ਹਾਲ ਨੇ? ਇਹ ਤੁਹਾਡੇ ਪਹਿਲਾਂ ਉਰੇ ਬਾਜ਼ਾਰ ਹੁੰਦਾ ਤਾਂ ਪਹਿਲਾਂ ਪੁਰਾਣਾ? ਅੱਛਾ, ਉਰੇ ਗੱਬੇ ਨੂੰ ਕਿਆ ਹੁੰਦਾ ਸੀਗਾ? ਅੱਛਾ, ਬੈਠਣ ਖਾਤਰ ਊਂ ਬਾਜ਼ਾਰ ਤਾਂ ਇੱਥੇ ਹੈ ਨਾ। ਹਾਂ, ਕੁੱਤਾ ਦੇ ਕਿੱਥੇ ਖੜਾ? ਅੱਛਾ, ਜੇ ਗਿਰ ਜਾਵੇ? ਅੱਛਾ ਅੱਛਾ ਅੱਛਾ, ਉੜਨਾ ਜਾਣਾ, ਇਹ ਰੱਖੇ ਵੀ ਲੱਗਦੇ ਨੇ। ਚਲੋ ਤੁਸੀਂ, ਅਤੇ ਇਹ ਆ ਗਿਆ ਉਹ ਸਕੂਲ, ਇਹ ਆਹ ਦੇਖੋ, ਇਹ ਪਹਿਲਾਂ ਤਾਂ ਹੈਗਾ ਪ੍ਰਾਇਮਰੀ ਸਕੂਲ, ਇਹ ਆ ਦੇਖੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਇਹ ਹੁਣ ਬਣ ਗਿਆ, ਪਹਿਲਾਂ ਛੋਟਾ ਹੁੰਦਾ ਸਕੂਲ, ਇਹਦੇ ਪਿੱਛੇ ਸਕੂਲ ਹੈਗਾ ਵੱਡਾ। ਇਹ ਸਕੂਲ ਦੀ ਉਹ ਜਿਹੜੀ ਇਹ ਕੰਧ ਹੈ ਸਕੂਲ ਦੀ, ਉਹ ਹੈ ਇੱਥੇ ਇੱਕ ਮੰਦਰ ਵੀ ਹੈ ਪੁਰਾਣਾ, ਬਹੁਤ ਪੁਰਾਣਾ, ਉਰੇ ਮਾੜੀ ਹੈ ਇੱਕ ਮੰਦਰ ਹੈ ਮੈਨੂੰ ਲੱਗਦਾ ਉਰੇ, ਹੁਣ ਤਾਂ ਮੈਂ ਬੜੀ ਦੇਰ ਬਾਅਦ ਆਇਆ ਉਰੇ, ਅਤੇ ਚਲੋ ਮੈਂ ਕਿਹਾ ਵੀ ਨਾਲੇ ਆਪਾਂ ਬਲੌਗ ਬਣਾ ਲੈਂਦੇ ਹਾਂ। ਇਹ ਆਹ ਦੇਖੋ ਹੁਣ ਤੁਸੀਂ, ਆਹ ਸਕੂਲ ਦਾ ਇੱਕ ਗੇਟ ਆ ਵੀ ਹੈ, ਸਕੂਲ ਦਾ ਗਰਾਊਂਡ ਸੀਗਾ ਬਾਈ, ਆਹ ਦੇਖੋ ਉਹ ਸਟੇਡੀਅਮ ਬਣਿਆ ਹੋਇਆ ਸਾਹਮਣੇ, ਠੀਕ ਹੈ ਜੀ। ਆਹ ਦੇਖੋ ਇੱਥੇ ਇਹ ਗਰਾਊਂਡ ਦੇ ਵਿੱਚ ਅਸੀਂ ਬਹੁਤ ਖੇਡਿਆ ਬਾਈ, ਬਹੁਤ ਖੇਡਿਆ ਇਹ ਗਰਾਊਂਡ 'ਚ, ਦੇਖੋ ਕਿੱਡਾ ਵੱਡਾ ਗਰਾਊਂਡ ਹੈ, ਅਤੇ ਸਾਹਮਣੇ ਸਕੂਲ ਹੈ, ਅਤੇ ਪਹਿਲਾਂ ਇੱਥੇ ਗੇਟ ਹੁੰਦਾ ਸੀਗਾ ਇੱਕ ਪਿੱਛੇ ਨੂੰ, ਅਤੇ ਅਸੀਂ ਜਦੋਂ ਵਿਹਲਾ ਪੀਰੀਅਡ ਹੁੰਦਾ ਸੀਗਾ ਅਸੀਂ ਇੱਥੇ ਨੂੰ ਆ ਜਾਣਾ, ਆਪਣਾ ਸਟੇਡੀਅਮ 'ਤੇ ਬਹਿ ਜਾਣਾ, ਬਹਿ ਕੇ ਫਿਰ ਆਪਣਾ ਖੇਡਣਾ ਹੁੰਦਾ ਸੀਗਾ, ਜਦੋਂ ਵੀ ਪੀਰੀਅਡ ਵਿਹਲਾ ਹੁੰਦਾ ਸੀਗਾ ਅਸੀਂ ਆ ਜਾਣਾ ਆਪਣਾ ਇੱਥੇ, ਇੱਥੇ ਅਸੀਂ ਰੋਟੀ ਵੀ ਰਿਸੈਸ ਦੇ ਟਾਈਮ ਗਰਾਊਂਡ 'ਚ ਵੀ ਜਾ ਕੇ ਖਾਣੀ, ਠੀਕ ਹੈ ਜੀ, ਰਿਸੈਸ ਦੇ ਟਾਈਮ ਫਿਰ ਅਸੀਂ ਉਰੇ ਖੇਡਣਾ, ਉਰੇ ਖੇਡ ਕੇ ਚੱਕਣਾ ਸਕੂਲ 'ਚ ਆ ਜਾਣਾ, ਉਰੇ ਆਪਣਾ ਖੇਡਣਾ ਕੁੱਦਣਾ ਪੜ੍ਹਨਾ, ਮਾਸਟਰਾਂ ਤੋਂ ਗਾਲਾਂ ਖਾਣੀਆਂ, ਅਤੇ ਆਪਣਾ ਘਰ ਜਾਣਾ, ਫਿਰ ਆਪਣਾ ਪਿੰਡ ਜਾ ਕੇ ਫੇਰ ਖੇਡਣਾ, ਫਿਰ ਆਪਣਾ ਉਰੇ ਸਕੂਲ 'ਚ ਦੂਏ ਦਿਨ, ਜਾਣੀ ਕਿ ਉਹ ਬਾਈ ਇਹ ਲਾਈਫ ਤਾਂ ਨਾ ਬਾਅਦ 'ਚੋਂ ਪਤਾ ਲੱਗਦਾ, ਜਦ ਬਾਅਦ 'ਚੋਂ ਇਹ ਟਾਈਮ ਨਿਕਲ ਜਾਂਦਾ ਫਿਰ ਪਤਾ ਲੱਗਦਾ ਵੀ ਹਾਂ ਇਹ ਚੀਜ਼ ਕਿਆ ਸੀਗੀ ਇਹ ਬਾਈ। ਬੱਚਿਆਂ ਨੂੰ ਤਾਂ ਹੀ ਮੈਂ ਤਾਂ ਇਹੀ ਕਹਿਣਾ ਵੀ ਬਾਈ ਇਹ ਟਾਈਮ ਹੈ ਜਿਹੜਾ ਇਹ ਤੁਹਾਨੂੰ ਮੁੜ ਕੇ ਜ਼ਿੰਦਗੀ 'ਚ ਕਦੇ ਨਹੀਂ ਮਿਲਣਾ, ਕੀਮਤੀ ਹੈ, ਬਸ ਇਹਦਾ ਤੁਸੀਂ ਆਨੰਦ ਲਓ, ਸ਼ੌਂਕ ਨਾਲ ਸਕੂਲ ਜਾਇਆ ਕਰੋ ਸ਼ੌਂਕ ਨਾਲ, ਕਿਉਂਕਿ ਇਹਦਾ ਕਰਮ ਵਾਲੇ ਨੇ ਬੱਚੇ ਜਿਹੜੇ ਬਾਈ, ਉਹਦੇ ਤੋਂ ਬੱਸ 'ਚ ਬਹਿ ਜਾਣਾ, ਸਕੂਲ ਦੇ ਮੂਹਰੇ ਜਾ ਕੇ ਉਤਰਨਾ। ਸਾਡੀ ਵਾਰੀ ਨੂੰ ਸਾਈਕਲ ਹੁੰਦੇ ਸੀਗੇ ਸਾਡੇ ਕੋਲ, ਸਾਈਕਲਾਂ 'ਤੇ ਆਉਣਾ, ਸਾਈਕਲਾਂ 'ਤੇ ਜਾਣਾ, ਗਰਮੀ ਹੋ ਜਾਣਾ, ਗਰਮੀਆਂ 'ਚ ਬੁਰੀ ਹਾਲ ਹੋ ਜਾਣਾ ਤਾਂ, ਠੀਕ ਹੈ ਜੀ, ਕਈ ਵਾਰੀ ਸਾਈਕਲ ਪੈਂਚਰ ਹੋ ਜਾਣਾ, ਫਿਰ ਤੁਰ ਕੇ ਜਾਣਾ, ਜਾਣੀ ਕਿ ਹੁਣ ਤਾਂ ਬੱਚਿਆਂ ਨੂੰ ਇੰਨੀ ਸਹੂਲਤ ਹੋ ਗਈ, ਦੇਖੋ ਅੱਜ ਪੜ੍ਹ ਰਹੇ ਨੇ ਸਾਰੇ ਬੱਚੇ, ਚਾਹੇ ਕੋਈ ਦੇਖੋ ਮਾੜਾ ਚਾਹੇ ਚੰਗਾ, ਪਰ ਹਰੇਕ ਆਪਣਾ ਬੱਚੇ ਨੂੰ ਵਧੀਆ ਸਕੂਲ 'ਚ ਪੜ੍ਹਾ ਰਿਹਾ। ਪਰ ਹੁਣ ਜੇ ਆਪਾਂ ਕਹੀਏ ਵੀ ਸਰਕਾਰੀ ਸਕੂਲ ਵੀ ਨੇ ਜਿਹੜੇ, ਹੁਣ ਉਹ ਵੀ ਪੂਰੇ ਐਨ ਘੈਂਟ ਬਣਾ ਤੇ ਪੂਰੇ, ਹੁਣ ਆਹ ਜਿਹੜਾ ਸਕੂਲ ਆ ਸਾਡਾ, ਇਹ ਸਕੂਲ 'ਚ ਕਮੀ ਕੋਈ ਨਹੀਂ, ਵਧੀਆ ਬਿਲਡਿੰਗ, ਵਧੀਆ ਟੀਚਰ, ਵਧੀਆ ਪੜ੍ਹਾਈ, ਸਾਰਾ ਕੁਛ ਵਧੀਆ, ਦੇਖੋ ਗਰਾਊਂਡ,
ਦੇਖੋ ਕਿੱਡਾ ਗਰਾਊਂਡ ਹੈ ਸਕੂਲ ਦਾ, ਦੇਖੋ ਕਿੱਡਾ ਗਰਾਊਂਡ ਹੈ, ਠੀਕ ਹੈ ਜੀ। ਕਿਹੜੀ ਚੀਜ਼ ਹੈ ਜਿਹੜੀ ਉਰੇ ਇਹ ਸਕੂਲ 'ਚ ਨਹੀਂ ਹੈਗੀ? ਸਭ ਕੁਛ ਹੈ। ਯਾਨੀ ਕਿ ਬਾਈ ਜੀ ਆਪਾਂ ਤਾਂ ਜਿਹੜੇ ਬੱਚੇ ਦੇਖਦੇ ਨੇ ਮੈਨੂੰ, ਕੋਈ ਬੱਚਾ ਜੇ ਕੋਈ ਦੇਖਦਾ ਤਾਂ ਉਹਨਾਂ ਨੂੰ ਮੈਂ ਇਹੀ ਕਹੂੰਗਾ, ਮੈਂ ਸ਼ੌਂਕ ਨਾਲ ਪੜ੍ਹੋ ਬਾਈ, ਇਹ ਜਿਹੜੇ ਦਿਨ ਨੇ ਤੁਹਾਡੇ ਇਹ ਯਾਦ ਕਰਿਆ ਕਰੂੰਗੇ ਸਾਡੇ ਮੰਗ ਵੀ ਹਾਂ ਅਸੀਂ ਵੀ ਸਕੂਲ ਜਾਂਦੇ ਹੁੰਦੇ ਤੇ, ਅਸੀਂ ਵੀ ਖੇਡਦੇ ਹੁੰਦੇ ਤੇ, ਐਂ ਕਰਦੇ ਹੁੰਦੇ ਤੇ, ਬਹੁਤ ਕਰਦੇ ਹੁੰਦੇ ਤੇ, ਇਹ ਦਿਨ ਮੁੜ ਕੇ ਨਹੀਂ ਆਉਣੇ। ਚਲੋ ਠੀਕ ਹੈ, ਆਪਾਂ ਹੁਣ ਚੱਲਦੇ ਹਾਂ। ਮੈਂ ਤੁਹਾਨੂੰ ਗਰਾਊਂਡ ਦਿਖਾਉਣ ਵਾਸਤੇ ਆਇਆ ਸੀਗਾ ਸਕੂਲ ਦੇ, ਹੁਣ ਤਾਂ ਪਹਿਲਾਂ ਤਾਂ ਖੁੱਲ੍ਹਾ ਹੁੰਦਾ ਸੀਗਾ ਆਲੇ ਦੁਆਲੇ ਤੋਂ, ਹੁਣ ਤਾਂ ਦਰਵਾਜ਼ੇ ਲੱਗ ਗਏ ਬੰਦ ਕਰਤਾ, ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਦਾ ਮਾਹੌਲ ਕਿਹੋ ਜਿਹਾ। ਚੱਲਦੇ ਹਾਂ। ਚਲੋ ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਆਪਣੇ ਪਿੰਡ ਨੂੰ। ਹੁਣ ਤੁਸੀਂ ਦੇਖੋ ਸਾਡਾ ਪਿੰਡ, ਇਹ ਸਾਡਾ ਪਿੰਡ ਸਰਪੰਚੀ ਦਾ ਦਿਨ ਚੱਲਦੇ ਨੇ, ਸਰਪੰਚੀ ਦੀਆਂ ਵੋਟਾਂ ਦੇ। ਲਓ ਜੀ ਨਹਿਰ ਦੇਖੋ ਸਾਡਾ ਸ਼ਾਨਦਾਰ ਰਹਿਣ, ਦਰਖਤਾਂ ਨਾਲ ਘਿਰਿਆ ਹੋਇਆ ਏਰੀਆ। ਅੱਛਾ ਆਹ ਟਾਈਮ ਸ਼ਾਮ ਦੇ ਟਾਈਮ ਗਰੀਨਰੀ ਦੇਖੋ ਤੁਸੀਂ ਕਿੰਨੀ ਘੈਂਟ ਲੱਗਦੀ ਆ ਆਹ ਟਾਈਮ, ਕਿਉਂਕਿ ਇੱਕ ਤਾਂ ਮੌਸਮ ਹੁਣ ਸੁਹਾਵਣਾ ਹੋ ਗਿਆ, ਇੱਕ ਹੁਣ ਦੇਖੋ ਤੁਸੀਂ ਸਾਰੀ ਪਿਓਰ ਹਸਕੀ ਲੈ ਆਇਆ ਸਾਡੇ ਪਿੰਡ ਦਾ ਮੁੰਡਾ, 10,000 ਦਾ ਲੈ ਕਹਿੰਦਾ ਆਪਣੇ ਦੋਸਤ ਤੋਂ। ਦੇਖੋ ਅੱਖਾਂ ਦੇਖੋ ਐਨ ਅੱਖਾਂ ਦੇਖੋ ਇਹਨਾਂ ਕੁੱਤੇ ਦੀਆਂ, ਵਾਹ ਜੀ ਵਾਹ। ਕਿੱਡਾ ਕੁ ਤਾਂ ਇਹ ਜਿਹੜਾ ਤੂੰ ਲਿਆ, ਕਿੱਡਾ ਕੁ ਤਾਂ? ਅੱਛਾ ਇੱਕ ਹਫ਼ਤਾ ਹੋਇਆ ਲਿਆਂਦੇ ਨੂੰ, ਫਿਰ ਹਾਲੇ ਯਾਰ ਮਾੜਾ ਹੈ ਨਾ, ਕਮਜ਼ੋਰ ਹੈ। ਪਰਸੋਂ ਹਵਾ ਆਈ ਆ ਨਾ, ਦਿਨ ਚ ਹਨੇਰੀ ਜੀ ਆਈ ਆ, ਤੂਫਾਨ ਚ ਆਇਆ, ਉਹਨੇ ਆਹ ਜੀਰੀ ਸਾਰੀ ਸਾਰੀ ਕਰ ਲਈ। ਹੁਣ ਦੇਖਦੇ ਆ, ਲੈ ਹੁਣ ਦੇਖਦੇ ਆ। ਚੱਲ ਬਸ ਕੋਈ ਏਡਾ ਧਮਾਕਾ ਨੀ ਹੋਇਆ ਜਿੱਦਾਂ ਹੋਣਾ ਚਾਹੀਦਾ। ਆਹਾ ਆ ਗਏ, ਲੈ ਬਈ ਚੱਕਦਾ ਪੁਲਿਸ ਵਾਲਾ, ਇਹਦੇ ਨਾਲ ਨੀ ਕੁਛ ਬਣਨਾ, ਬੜੀ ਗੱਲ ਲਾਏ। ਹਾਂ ਇੱਥੋਂ ਨਿਕਲ ਜਾ, ਭਾਜਾ 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 ਇੱਥੋਂ। ਭੱਜਣ ਕਾਹਦੀ ਦੇਣਾ, ਨਿਕਲ ਜਾ ਤੂੰ, ਇਹਨਾਂ ਦੀ ਗੱਡੀ ਲੈ ਕੇ ਭੱਜਾ, ਇਹਨਾਂ ਦੀ ਗੱਡੀ ਲੈ ਜਾ, ਗੱਡੀ 'ਚ ਬਹਿ ਜਾ ਇਹਨਾਂ ਦੀ 'ਚ, ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ। ਹਾਂ ਵੈਰੀ ਗੁੱਡ, ਬੈਕ ਕਰ ਬੈਕ, ਵਾਹ ਜੀ ਖਿੱਚਦੇ 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 ਪੈ ਗਈ, ਉਹ ਕੁਛ ਨਹੀਂ ਹੁੰਦਾ ਨਾ, ਖਿੱਚਦੇ ਤੂੰ ਖਿੱਚਦੇ 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 ਖਿੱਚਦੇ, ਵੈਰੀ ਗੁੱਡ, ਖਿੱਚਦੇ ਖਿੱਚਦੇ ਬਸ ਤੂੰ ਜਾਣ ਦੇ। ਆ ਗਏ ਓਏ, ਆ ਗਏ ਓਏ ਤੇਰੀ, ਓਏ ਉਹ ਤੇਰੀ, ਬੈਕ ਕਰ ਬੈਕ, ਕੱਟਦੇ ਕੱਟਦੇ ਤੂੰ ਕੱਟਦੇ, ਉਹ ਕੱਟ ਠੋਕਦਾ ਵੀ ਮੈਕੜੀ ਤੇ। ਹੁਣ ਪਹਿਲਾਂ ਵਾਲੀ ਰੌਣਕ ਜੀ ਨਹੀਂ ਰਹੀ, ਹੁਣ ਮੈਕੜੀ ਤੇ ਪਹਿਲਾਂ ਫੁੱਲ ਰੌਣਕ ਹੁੰਦੀ ਸੀ। ਅਸੀਂ ਆਏ ਆ ਭਾਈ KFC ਤੇ, ਇੱਥੇ ਜਦ ਮੌਲ ਨਾ ਚੱਲਦਾ ਹੁੰਦਾ ਤਾਂ ਜਦ ਬਹੁਤ ਰੌਣਕ ਹੁੰਦੀ ਸੀ, ਹੁਣ ਇਹ ਬੰਦ ਹੋ ਗਿਆ। KFC ਦਾ ਚਾਹ ਚੱਲਦਾ, ਇੱਕ ਬਸ ਮੈਕੜੀ ਚੱਲਦਾ ਵਧੀਆ ਉਰੇ। ਅਤੇ ਜਿਹੜਾ ਦਿੱਲੀ ਵਾਲੇ ਮੇਨ ਹਾਈਵੇ ਦੇ ਉੱਤੇ KFC ਹੈ, ਇਹ ਪਤਾ ਨਹੀਂ ਕੀ ਗੱਲ ਆ, ਉਹ ਹੁਣ ਇੱਥੇ ਰੌਣਕ ਜੀ ਪਤਾ ਨਹੀਂ ਕਿਉਂ ਨਹੀਂ ਰਹੀ, ਪਰ ਇਹ ਚੱਲਿਆ ਬਹੁਤ ਸੀਗਾ ਇੱਕ ਵਾਰੀ। ਚਲੋ ਆਪਾਂ ਦੇਖਦੇ ਹਾਂ ਜਾ ਕੇ।
ਆਇਆ ਵੀ ਭਗ ਜੋਤ ਕੇਐਫਸੀ 'ਚ ਕੇਐਫਸੀ ਲੱਗਿਆ ਵਾ ਖਾਣ ਭਾਵ ਜੁੱਤਾ ਕੀ ਹੈ ਭਾਈ ਥੋੜ੍ਹਾ ਜਿਹਾ ਇਹ ਕੋਲਡ ਡਰਿੰਕ ਵੀ ਹੈ ਇਹਨਾਂ ਦਾ ਮੈਨੂੰ ਕੋਲਡ ਡਰਿੰਕ ਬਸ ਹੋ ਗਈ ਫ੍ਰੀ ਹੈ ਤੂੰ ਫ੍ਰੀ ਹੋ ਕੇ ਮਿਲ ਗਿਆ ਨਾ ਨਾ ਮੈਂ ਨਹੀਂ ਖਾਣਾ ਬਾਈ ਭਾਈ ਬੰਦਾ ਰੱਜ ਗਿਆ ਆਪਣਾ ਹੁਣ ਆਪਾਂ ਚੱਲਦੇ ਹਾਂ ਇਹਨੂੰ ਪਿੰਡ ਲਾਉਣਾ ਪਿੰਡ ਲਾ ਕੇ ਫਿਰ ਮੈਂ ਵਾਪਸ ਆਊਂਗਾ ਫਿਰ ਪਹਿਲਾਂ ਇਹਨੂੰ ਮੈਂ ਤਾਰ ਲਿਆ ਪਿੰਡ ਜਾ ਕੇ ਮੁੰਡੇ ਨੂੰ ਭਾਈ ਅੱਜ ਕਹਿੰਦਾ ਵੀ ਮੈਂ ਤਾਂ ਖਾਣਾ ਹੀ ਖਾਣਾ ਵਾ ਭਾਈ ਖਾ ਲਾ ਕੋਈ ਗੱਲ ਨਹੀਂ ਆਹ ਦੇਖੋ ਆਹ ਹਵੇਲੀ ਆ ਬਾਈ ਇਹ ਬਹੁਤ ਚੱਲਦੀ ਤੀ ਬਾਈ ਹੁਣ ਤਾਂ ਸਾਰੇ ਵਿਚਾਰੇ ਠੱਪ ਹੋਇਆ ਪਿਆ ਕੰਮ ਉਰੇ ਸਾਰਾ ਡੋਮੀਨੋਜ਼ ਦਾ ਵੀ ਤਾਂ ਉਰੇ ਸਾਰਾ ਕੁਛ ਤਾਂ ਉਰੇ ਸਭ ਕੁਛ ਬੰਦ ਹੋ ਗਿਆ ਬਾਈ ਉਰੇ ਦੇਖੋ ਕਿਵੇਂ ਇਹ ਪਤਾ ਨਹੀਂ ਕਿਉਂ ਬੰਦ ਹੋ ਗਿਆ ਸਾਰਾ ਸਿਸਟਮ ਯਾਨੀ ਕਿ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਇੱਥੇ ਸਾਰੀਆਂ ਦੇਖੋ ਉਰੇ ਵਧੀਆ ਵਧੀਆ ਬਹੁਤ ਵਧੀਆ ਲੋਕੇਸ਼ਨ 'ਤੇ ਤਾਂ ਇਹ ਜੇ ਕਿਸੇ ਵਧੀਆ ਬੰਦੇ ਦੇ ਹੁਣ ਸਭ ਕੁਛ ਸੀਗਾ ਉਰੇ ਸਭ ਕੁਛ ਨਹੀਂ ਉਰੇ ਹੁਣ ਪਤਾ ਨਹੀਂ ਕੀ ਗੱਲ ਹੈ